ਸ਼੍ਰੀਕਾਲ ਮੈਂ ਜਗਤੇਸ਼ਵਰ ਸਿੰਘ ਤੇ ਮੈਂ ਰਬੀਨਾ ਕੌਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮੋਨੀ ਗਿੱਲ ਔਰ ਅੱਜ ਮਾਈ ਟੀ ਵੀ ਵਾਸਤੇ ਬੜਾ ਹੀ ਖਾਸ ਪ੍ਰੋਗਰਾਮ ਲੈ ਕੇ ਆਈ ਹਾਂ ਔਰ ਇਹ ਫੁੱਲ ਆਫ ਟੈਲੈਂਟ ਹੈਗਾ ਫੁੱਲ ਆਫ ਟੈਲੈਂਟ ਕਿਉਂ ਹੈ ਜਦੋਂ ਇਹ ਦੋ ਬੱਚਿਆਂ ਨੂੰ ਮੈਂ ਬਚਪਨ ਤੋਂ ਦੇਖਦੀ ਆ ਰਹੀ ਹਾਂ ਔਰ ਇਹ ਸਾਡੀ ਮੈਂ ਕਹਾਂਗੀ ਅਸੀਂ ਮਿਊਜ਼ੀਕਲ ਕਰਾਉਂਦੇ ਤਾਂ ਹਾਂ ਮੋਸਟ ਆਫ ਆਡੀਅੰਸ ਨੋਸ ਕਿ ਇਹ ਬੱਚਿਆਂ ਦੇ ਮੈਂ ਖਾਸੀਅਤ ਦੱਸਾਂਗੀ ਕਿ ਚਾਈਲਡਹੁੱਡ ਤੋਂ ਹੀ ਦੇ ਆਰ ਲਿਟਰਲੀ ਵੈਰੀ ਯੰਗ ਵਨ ਇਜ਼ 12 ਵਨ ਇਜ਼ 17 ਲੇਕਿਨ ਇਹਨਾਂ ਦੇ ਬਚਪਨ ਤੋਂ ਹੀ ਮੈਂ ਇਹਨਾਂ ਨੂੰ ਸੁਣਦੀ ਆ ਰਹੀ ਹਾਂ ਕਿਉਂਕਿ ਜਦੋਂ ਅਸੀਂ ਰੇਡੀਓ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਇਹਨਾਂ ਬੱਚਿਆਂ ਨੂੰ ਮੈਂ ਵਿੱਚ ਇੰਕਲੂਡ ਕੀਤਾ ਸੀ ਔਰ ਇਹਨਾਂ ਦੇ ਬਾਈਟਸ ਵੀ ਲੈਂਦੀ ਰਹੀ ਹਾਂ ਲੇਕਿਨ ਅੱਜ ਮੌਕਾ ਲੱਗਿਆ ਜਦੋਂ ਅਸੀਂ ਗੈਟ ਟੂਗੈਦਰ ਹੋਏ ਹਾਂ ਔਰ ਸਾਡੀ ਫੈਮਿਲੀ ਸਾਰੀ ਸਾਂਝੀ ਹੋਈ ਹੈ ਅਤੇ ਇਹਨਾਂ ਬੱਚਿਆਂ ਨੂੰ ਦੁਬਾਰਾ ਮਿਲ ਕੇ ਬਹੁਤ ਅੱਛਾ ਲੱਗਿਆ ਔਰ ਬੜੇ ਟਾਈਮ ਬਾਅਦ ਮਿਲੇ ਹਾਂ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹੈਗੇ ਹਾਂ ਤੇਜਸਵਰ ਤੇਜਸਵਰ ਤੁਹਾਡੀ ਆਪਣੀ ਜਰਨੀ ਦੱਸੋ ਕਿ ਗਾਇਕੀ ਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਲਰਨ ਕਰ ਰਹੇ ਹੋ ਮੈਂ ਸਿੰਗਿੰਗ ਲਰਨ ਕਰ ਰਿਹਾ ਜਦੋਂ ਦਾ 7 ਸਾਲ ਦਾ ਸੀ 7 ਇਅਰ ਓਲਡ ਸੀਗੇ ਤੇ ਤੁਸੀਂ ਸਿੰਗਿੰਗ ਆਪਣੇ ਫਾਦਰ ਸਾਹਿਬ ਤੋਂ ਸਿੱਖ ਰਹੇ ਹੋ ਕੋਈ ਗੁਰੂ ਹੈਗਾ ਕਿੱਥੋਂ ਸਿੱਖ ਰਹੇ ਹੋ ਹਾਂਜੀ ਮੈਂ ਫਾਦਰ ਸਾਹਿਬ ਤੋਂ ਸਿੱਖ ਰਿਹਾ ਹਾਂ ਮੇਰੇ ਗੁਰੂ ਤੇ ਹੋਰ ਕਿਸ ਕਿਸ ਕਿਸਮ ਦੇ ਸਾਜ਼ ਜਾਂ ਕੋਈ ਹੋਰ ਇਨਸਟਰੂਮੈਂਟ ਵਜਾ ਲੈਂਦੇ ਹੋ ਹਾਂਜੀ ਮੈਂ ਤਬਲਾ ਵਜਾ ਤਬਲਾ ਵਜਾ ਲੈਂਦੇ ਹੋ ਵਾਜਾ ਵਜਾਣਾ ਆਉਂਦਾ ਹਾਂਜੀ ਹਾਂਜੀ ਪੂਰਾ ਫਲੂਐਂਟਲੀ ਕਹ ਲਓ ਬਿਨਾ ਰੁਕੇ ਵਜਾ ਲੈਂਦੇ ਹੋ ਨਹੀਂ ਇੰਨਾ ਵਧੀਆ ਨਹੀਂ ਵਜਾ ਸਕਦਾ ਥੋੜਾ ਵਜਾ ਸਕਦਾ ਓਕੇ ਵਟ ਅਬਾਊਟ ਯੂ ਰਬੀਨਾ ਮੈਂ ਵਾਇਲਨ ਵਜਾਉਂਦੀ ਹਾਂ ਤੇ ਮੈਂ ਵੀ ਆਪਣੇ ਪਾਪਾ ਤੋਂ ਸਿੱਖੀ ਤੇ ਵਾਇਲਨ ਕਿੱਥੋਂ ਸਿੱਖੀ ਸਕੂਲ ਵੈਰੀ ਗੁੱਡ ਸੋ ਦੇਸੀ ਮਿਊਜ਼ਿਕ ਤਾਂ ਮੈਂ ਬਹੁਤ ਸੁਣਿਆ ਤੁਹਾਡੇ ਦੋਨਾਂ ਤੋਂ ਹਿੰਦੀ ਸੌਂਗਸ ਕਹਿ ਲਓ ਜਾਂ ਬਾਲੀਵੁੱਡ ਸੌਂਗਸ ਕਹਿ ਲਓ ਲੇਕਿਨ ਬਾਕੀ ਹੋਰ ਕੀ ਕੀ ਪਸੰਦ ਹੈ ਕਲਾਸੀਕਲ ਦੇ ਵਿੱਚ ਤੁਹਾਡਾ ਫੇਵਰੇਟ ਕੀ ਹੈ ਲਾਈਕ ਗਜ਼ਲਾਂ ਪਸੰਦ ਨੇ ਠੁਮਰੀ ਪਸੰਦ ਹੈ ਕੀ ਪਸੰਦ ਹੈ ਉਹਦੇ ਵਿੱਚ ਮੈਂ ਸਾਰੇ ਗਾਣਾ ਠੁਮਰੀ ਲਾਈਕ ਕਰਦਾ ਗਜ਼ਲਾਂ ਲਾਈਕ ਕਰਦਾ ਤੇ ਉਸਤਾਦ ਸਲਾਮ ਅਲੀ ਖਾਨ ਸਾਹਿਬ ਨੂੰ ਬਹੁਤ ਪਸੰਦ ਵੈਰੀ ਨਾਈਸ ਔਰ ਅਗਰ ਫੇਵਰੇਟ ਸਿੰਗਰ ਦੀ ਗੱਲ ਆਵੇ ਅਗਰ ਬਾਲੀਵੁੱਡ 'ਚ ਕੋਈ ਚੂਜ਼ ਕਰਨਾ ਪਵੇ ਤੇ ਉਹ ਕੌਣ ਹੋਏਗਾ ਸਾਰਿਆਂ ਨੂੰ ਪਸੰਦ ਕਰਦੇ ਹੋ ਤੇ ਜ਼ਿਆਦਾਤਰ ਕਿਸ ਸਿੰਗਰ ਨੂੰ ਗਾਣਾ ਪਸੰਦ ਕਰਦੇ ਹੋ ਸੋਨੂ ਨਿਗਮ ਆਤਿਫ ਅਸਲਮ ਜਾਂ ਅਰਿਜੀਤ ਸਿੰਘ ਅਰਿਜੀਤ ਸਿੰਘ ਵੀ ਸੋਨੂ ਨਿਗਮ ਵੀ ਰਫੀ ਸਾਹਿਬ ਵੀ ਸਾਰੇ ਵੈਰੀ ਨਾਈਸ ਮੈਨੂੰ ਲੱਗਦਾ ਬੱਚਾ ਅਜੇ ਇਹ ਪੋਲੀਟਿਕਸ 'ਚ ਜਾਣ ਵਾਲਾ ਕਿਉਂਕਿ ਬੜੇ ਘੁਮਾ ਘੁਮਾ ਕੇ ਆਨਸਰ ਦਿੰਦਾ ਕੋਈ ਗੱਲ ਨਹੀਂ ਸੋਨੂ ਨਿਗਮ ਇਹ ਸ਼ੋਅ ਨਹੀਂ ਦੇਖ ਰਿਹਾ ਅਗਰ ਤੁਸੀਂ ਉਹਦਾ ਨਾਮ ਨਹੀਂ ਵੀ ਲੋਗੇ ਤਾਂ ਚੱਲੇਗਾ ਸੋ ਜੀ ਵਟ ਅਬਾਊਟ ਦਿਸ ਲਿਟਲ ਯੰਗ ਗਰਲ ਤੇ ਇਹਦੇ ਬਾਰੇ ਦੱਸੋ ਕਿ ਤੁਹਾਡੀ ਜਰਨੀ ਕਦੋਂ ਤੋਂ ਸ਼ੁਰੂ ਹੋਈ ਕਦੋਂ ਤੋਂ ਗਾਣਾ ਸ਼ੁਰੂ ਕੀਤਾ 6-7 ਸਾਲ ਦੀ 6-7 ਸਾਲ ਦੀ ਜਦੋਂ ਸੀਗੀ ਓਕੇ ਤਾਂ ਤੁਸੀਂ ਗਾਣਾ ਸ਼ੁਰੂ ਕੀਤਾ ਤੇ ਮੰਮੀ ਨੇ ਹੈਲਪ ਕੀਤੀ ਜ਼ਿਆਦਾ ਕਿ ਬ੍ਰਦਰ ਨੇ ਹੈਲਪ ਕੀਤੀ ਕਿ ਪਾਪਾ ਨੇ ਪਾਪਾ ਨੇ ਤੇ ਕਿ ਰਿਆਜ਼ ਦਾ ਕੋਈ ਟਾਈਮ ਹੈਗਾ ਕਿ ਇੰਨੇ ਤੋਂ ਇੰਨੇ ਵਜੇ ਰਿਆਜ਼ ਹੈਗਾ ਸੋ ਜਦੋਂ ਦਿਲ ਕਰਦਾ ਉਦੋਂ ਗਾ ਲੈਂਦੇ ਹੋ ਸਾਰੇ ਤੇ ਵਟ ਅਬਾਊਟ ਐਨੀ ਕਹੋ ਵਜਾ ਵਜਾ ਲੈਂਦੇ ਹੋ ਜਾਣਦੇ ਹੋ ਵੈਰੀ ਗੁੱਡ ਤੇ ਇਹਦੇ ਸਾਰੇ ਦੇ ਵਿੱਚ ਚਲੋ ਪਾਪਾ ਤਾਂ ਸਿਖਾਉਂਦੇ ਆ ਮਿਊਜ਼ਿਕ ਮੰਮਾ ਦਾ ਕੀ ਕੰਟਰੀਬਿਊਸ਼ਨ ਹੁੰਦਾ ਓਕੇ ਤੇ ਉਹਨਾਂ ਨੂੰ ਪਤਾ ਕਿ ਤੁਹਾਡੀ ਵੌਇਸ 'ਚ ਕਿਹੜਾ ਗਾਣਾ ਸੂਟ ਕਰਦਾ ਹਾਂਜੀ ਸੋ ਅਗਰ ਗੱਲ ਕੀਤੀ ਜਾਵੇ ਘਰ ਦੇ ਵਿੱਚ ਕਿਉਂਕਿ ਮੋਸਟ ਆਫ ਦਾ ਟਾਈਮ ਕਿਡਸ ਆਰ ਇਨ ਦਾ ਸਕੂਲ ਬਿਕੋਜ਼ ਦੇ ਆਰ ਕੁਆਇਟ ਯੰਗ ਸੋ ਆਫਟਰ ਸਕੂਲ ਜਦੋਂ ਤੁਸੀਂ ਘਰ ਆਉਂਦੇ ਹੋ ਸਭ ਤੋਂ ਫਰਸਟ ਥਿੰਗ ਕੀ ਕਰਦੇ ਹੋ ਖਾਂਦੇ ਚਿੱਤਰ ਤਾਂ ਨਹੀਂ ਖਾਂਦੇ ਕਦੇ ਕਦਾਰ ਨਹੀਂ ਸਿਰਫ ਰੋਟੀ ਓਕੇ ਫਿਰ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਨੈਕਸਟ ਹੋਮਵਰਕ ਉਸ ਤੋਂ ਬਾਅਦ ਕੀ ਰੂਟੀਨ ਕੀ ਹੈ ਹੋਮਵਰਕ ਕਰਕੇ ਫਿਰ ਆਪਣਾ ਰਿਆਜ਼ ਕਰਦੇ ਹਾਂ ਰਿਆਜ਼ ਕਰਦੇ ਹਾਂ ਇਕੱਠੇ ਕਰਦੇ ਹੋ ਕਿ ਵੱਖਰਾ ਵੱਖਰਾ ਕਰਦੇ ਹੋ ਇਕੱਠੇ ਕਰਦੇ ਹਾਂ ਓਕੇ ਕਦੇ ਇਦਾਂ ਹੋਇਆ ਕਿ ਤੇਰੀ ਵਾਰੀ ਹੋਵੇ ਤੇ ਇਹ ਜ਼ਿਆਦਾ ਗਾ ਗਿਆ ਤੇ ਇਹਦੀ ਵਾਰੀ ਹੋਵੇ ਤਾਂ ਤੂੰ ਜ਼ਿਆਦਾ ਗਾ ਲਿਆ ਫਾਈਟ ਹੁੰਦੀ ਫਿਰ ਹੇ ਦੈਟ ਵਾਸ ਮਾਈ ਪਾਰਟ ਤਾਂ ਕਰਦੇ ਹੋ ਨਹੀਂ ਤੇ ਕੀ ਕਰਦੇ ਹੋ ਸੋ ਨੋ ਫਾਈਟਿੰਗ ਐਟ ਹੋਮ ਮੇਰੇ ਕੋਲ ਵੀ ਦੋ ਬੱਚੇ ਆ ਘਰ 'ਚ ਟਰਸਟ ਮੀ ਦੇ ਫਾਈਟ ਲਾਈਕ ਕੈਟ ਕੈਟ ਐਂਡ ਰੈਟ ਸੱਚੀ ਜਿਹੜਾ ਟੋਮ ਐਂਡ ਜੈਰੀ ਨਹੀਂ ਹੈ ਸਾਡੇ ਘਰ 'ਚ ਕਈ ਵਾਰ ਉਹ ਹਾਲਾਤ ਹੋਏ ਹੁੰਦੇ ਨੇ ਟੋਮ ਐਂਡ ਜੈਰੀ ਕਦੀ ਕਦੀ ਟੋਮ ਜੈਰੀ ਹੁੰਦਾ ਕਈ ਵਾਰ ਜੈਰੀ ਟੋਮ ਹੁੰਦਾ ਏਦਾਂ ਹੁੰਦਾ ਕਦੀ 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 ਦੋਨਾਂ 'ਚ ਫਾਈਟਰ ਕੌਣ ਆ ਭਾਜੀ ਦੋਨੇ ਹੀ ਆ ਓਕੇ ਠੀਕ ਹੈ ਤੇ ਹੁਣ ਡੈਡੀ ਦੀ ਜਦੋਂ ਤੁਹਾਨੂੰ ਜਦੋਂ ਸਿਖਾਉਣਾ ਸ਼ੁਰੂ ਕਰਦੇ ਆ ਕਿ ਡੈਡੀ ਇਜ਼ ਵੈਰੀ ਸਟ੍ਰਿਕਟ ਐਜ਼ ਏ ਟੀਚਰ ਓਰ ਇਜ਼ ਵੈਰੀ ਈਜ਼ੀ ਗੋਇੰਗ ਸਟ੍ਰਿਕਟ ਜਿੱਦਾਂ ਅਸੀਂ ਸੁਣਦੇ ਆ ਜਦੋਂ ਸਿੰਗਿੰਗ ਕਰਦੇ ਆ ਜਿੱਦਾਂ ਰਿਆਜ਼ ਵੇਲੇ ਸੀਰੀਅਸ ਹੁੰਦੇ ਆ ਕਿੱਦਾਂ ਡਰਦੇ ਹੁੰਦੇ ਜਦੋਂ ਤੂੰ ਗਲਤ ਕਰਦੀ ਆ ਉਹ ਕੀ ਕਹਿੰਦਾ ਹੁੰਦਾ ਹੀ ਇਜ਼ ਵਾਚਿੰਗ ਮੇਕ ਸ਼ੋਰ ਰਾਈਟ ਆਨਸਰ ਡਾਂਟਦੇ ਨਹੀਂ ਉਹ ਪਰ ਲਾਈਕ ਹੀ ਜਸਟ ਲਾਈਕ ਸਟ੍ਰਿਕਟਲੀ ਟੈਲਸ ਯੂ ਲਾਈਕ ਵਿਚ ਵਨ ਇਜ਼ ਰਾਈਟ ਐਂਡ ਵਿਚ ਵਨ ਇਜ਼ ਰਾਂਗ
ओके सो अगर सिंगिंग दी अगर सिंगर दी गल करती जावे हु इज योर फेवरेट सिंगर मेरे सारे फेवरेट पर वाओ सो जड़ियां बेहतरीन साडियां हिंदुस्तान दी आनबान शान ने ਸਾਡੀ ਕੰਟਰੀ ਦੀ ਜਿਹੜੀ ਬੈਸਟ ਫੀਮੇਲ ਵੋਕਲ ਜਿਹੜੀ ਵੋਇਸ ਹੈ ਇਸ ਕੁੜੀ ਨੇ ਉਹਨਾਂ ਦੇ ਨਾਮ ਲੈ ਲਿੱਤੇ ਉਹਨਾਂ ਦਾ ਟੌਪ ਕੋਈ ਹੋਰ ਹੈ ਹੀ ਨਹੀਂ ਸੋ ਅਗਰ ਮੈਂ ਕਹਾਂ ਉਹਨਾਂ ਨੂੰ ਕੋਈ ਗਾਣਾ ਸੁਣਾਓ ਸੁਣਾ ਸਕਦੇ ਜਸਟ ਲਾਈਕ ਦਿਸ ਕੁਇਕ ਐਨੀਥਿੰਗ ਯੂ ਰਿਮੈਂਬਰ ਟੌਪ ਆਫ ਯੂਰ ਹੈਡ ਜੀ ਮੈਂ ਤਾਂ ਮਜ਼ਾ ਲੈ ਹੀ ਰਹੀ ਹਾਂ ਬਿਹਾਈਂਡ ਦਾ ਕੈਮਰਾ ਸਾਡੀ ਬਹੁਤ ਸਾਰੀ ਫੈਮਿਲੀ ਹੈ ਜਿਹੜੀ ਕਿ ਅਸੀਂ ਅੱਜ ਗੈਟ ਟੁਗੈਦਰ ਸੀਗਾ ਉਹ ਵੀ ਸਾਰੇ ਇੰਜੋਏ ਕਰ ਰਹੇ ਨੇ ਇਸ ਬੱਚਿਆਂ ਨੂੰ ਔਰ ਬੱਚੇ ਬਹੁਤ ਟੈਲੈਂਟਡ ਨੇ ਬਹੁਤ ਬਿਊਟੀਫੁਲ ਵੋਇਸ ਹੈ ਹਾਲੇ ਬੱਚੀ ਹੈ ਅਤੇ ਇਹ ਇੰਨੀ ਤਰਾਸ਼ੀ ਆਵਾਜ਼ ਲੱਗ ਰਹੀ ਹੈ ਇਮੈਜਿਨ ਕਿ ਜਦੋਂ 15-16 ਸਾਲ ਦੀ ਹੋਏਗੀ ਤਾਂ ਕਿਸ ਤਰ੍ਹਾਂ ਦੀ ਵੋਇਸ ਹੋਏਗੀ ਹੁਣ ਬੈਕ ਟੂ ਮਿਸਟਰ ਸਿੰਘ ਔਰ ਮਿਸਟਰ ਯੰਗ ਸਿੰਘ ਤੋਂ ਪੁੱਛਦੇ ਹਾਂ ਸਕੂਲ ਦੇ ਵਿੱਚ ਕਿੱਦਾਂ ਇੰਡੀਅਨ ਗਾਇਕੀ ਨੂੰ ਕਿਸ ਤਰ੍ਹਾਂ ਕਦੀ ਮੌਕਾ ਮਿਲਿਆ ਸੁਣਾਉਣ ਦਾ ਸਕੂਲ 'ਚ ਤਾਂ ਮੈਂ ਸੁਣਾਉਂਦਾ ਨਹੀਂ ਮੋਸਟਲੀ ਹੁਣ ਮੈਂ ਸਪੋਰਟਸ ਖੇਡਣ ਸਕੂਲ ਦੇ ਸੀ ਮੈਂ ਸਿੰਗਿੰਗ ਦਾ ਸਕੂਲ ਦਾ ਮੌਕਾ ਮਿਲਿਆ ਨਹੀਂ ਮਿਲਿਆ ਪਰ ਕਦੀ ਕਿਸੇ ਮਿਊਜ਼ਿਕ ਕਲਾਸ ਦੇ ਵਿੱਚ ਜਾਂ ਕੁਆਇਰ 'ਚ ਜਾਂ ਕੁਆਇਰ ਮੈਂ ਕੀਤਾ ਸੀਗਾ 5th ਜਾਂ 6th ਗ੍ਰੇਡ 'ਚ ਫਿਰ ਉਹ ਤੋਂ ਬਾਅਦ ਮੈਂ ਗਏ ਚੇਂਜ ਸੋ ਤੁਹਾਡੇ ਦਿਮਾਗ 'ਚ ਕੋਈ ਸੌਂਗ ਹੈਗਾ ਜਿਹੜਾ ਤੁਸੀਂ ਕੋਈ ਗਾਣਾ ਸੁਣਾਉਣਾ ਚਾਹੋਗੇ ਸਾਡੀ ਆਡੀਅੰਸ ਨੂੰ ਰੰਗ ਦੋਲਾ ਰੰਗ ਲੋਲਾ ਨੰਦ ਕੇ ਲਾਲ ਲਾਲ ਛੇੜੋ ਨਹੀਂ ਬਸ ਰੰਗ ਦੋ ਲਾਲ ਮੋਹੇ ਰੰਗ ਦੋਲਾ ਅਮੇਜ਼ਿੰਗ ਕਿਆ ਬਾਤ ਔਰ ਇਹ ਗਾਣਾ ਜੀ ਬਹੁਤ ਡਿਫੀਕਲਟ ਸੌਂਗ ਹੈ ਔਰ ਵਨ ਆਫ ਮਾਈ ਫੇਵਰੇਟ ਸੌਂਗ ਜਿਹੜੇ ਵੀ ਸਾਡੇ ਮਿਊਜ਼ਿਕ ਲਿਸਨਰ ਨੇ ਅਰਾਊਂਡ ਦ ਵਰਲਡ ਆਈ ਥਿੰਕ ਇਹ ਗਾਣਾ ਉਹਨਾਂ ਦੇ ਬੜਾ ਦਿਲ ਦੇ ਬਹੁਤ ਕਰੀਬ ਹੈ ਔਰ ਥੈਂਕ ਯੂ ਸਾਡੇ ਨਾਲ ਸ਼ੇਅਰ ਕਰਨ ਲਈ ਹੁਣ ਅੱਗੇ ਦੱਸੋ ਕਿ ਅੱਗੇ ਫਿਊਚਰ 'ਚ ਕੀ ਕਰਨਾ ਚਾਹੁੰਦੇ ਹੋ ਫਿਊਚਰ 'ਚ ਮੈਂ ਮਿਊਜ਼ੀਸ਼ੀਅਨ ਬਣਾ ਜਾਂਦਾ ਹਾਂ ਅਤੇ ਫਿਰ ਟੂਰ ਕਰਨਾ ਚਾਹੁੰਦਾ ਹਾਂ ਵਰਲਡ ਟੂਰ ਕਦੀ ਕੋਈ ਦਿਮਾਗ 'ਚ ਨਾਮ ਸੋਚਿਆ ਕਿ ਦਿਸ ਵਿਲ ਬੀ ਮਾਈ ਬੈਂਡਸ ਨੇਮ ਔਰ ਕਦੀ ਕੋਈ ਸੋਚਿਆ ਕੋਈ ਥੋਟ ਪ੍ਰੋਸੈਸ ਹੈਗੀ ਬ੍ਰੇਨ 'ਚ ਹਾਲੇ ਹੀ ਆ ਕੋਈ ਨਾਮ ਨੇੜੇ ਨਹੀਂ ਆਇਆ ਓਕੇ ਵਟ ਅਬਾਊਟ ਯੂ ਸੋ ਲੈਣੇ ਇੱਕ ਛੋਟਾ ਜਿਹਾ ਬ੍ਰੇਕ ਕਿਤੇ ਨਾ ਜਾਣਾ ਵਾਪਸ ਆਉਣਾ ਕਿਉਂਕਿ ਤੁਸੀਂ ਦੇਖ ਰਹੇ ਹੋ ਜਸਟ ਜੈਲ ਸੋ ਇਸ ਅਸੀਂ ਰੁਬੀਨਾ ਨੂੰ ਅਸੀਂ ਇੱਦਾਂ ਨਹੀਂ ਛੱਡਾਂਗੇ ਸੋ ਅਸੀਂ ਇੱਕ ਪੁੱਛਾਂਗੇ ਜੀ ਕੋਈ ਇੰਗਲਿਸ਼ ਗਾਣਾ ਵੀ ਸਾਨੂੰ ਸੁਣਾਇਆ ਜਾਵੇ ਜੋ ਪਸੰਦ ਹੋਵੇ She just wants to be beautiful she goes unnoticed she knows no limit she craves attention she praises and then she prays to be sculpted by the sculptor oh she don't see The light that's shining deeper than the eyes can find it. Maybe we made a plan, so she tries to cover up her pain and cut her walls away. 'Cause cover girls don't cry after their face is made. But there's a hope that's waiting for you in the dark. You should know you're beautiful just the way you are, and you don't have to change a thing. Can change its heart. No stars here, beautiful. We're scarlet, we're beautiful. Oh, 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 oh. And you don't have to change a thing. The world can change its heart. No stars here, beautiful. We're stars and we're beautiful. Amazing. ਸੋ ਦੇਖਿਆ ਜੀ ਜਿਸ ਤਰ੍ਹਾਂ ਮੈਂ ਕਿਹਾ ਕਿ ਬੱਚੇ ਬੜੇ ਵਰਸਟਾਈਲ ਨੇ
ਔਰ ਉਹਦੇ 'ਤੇ ਬਹੁਤ ਮਿਹਨਤ ਲੱਗਦੀ ਹੈ, ਜਿਸ ਤਰ੍ਹਾਂ ਕਿ ਮੈਂ ਕਿਹਾ ਆਪਣੀ ਤਾਂ ਇਹਨਾਂ ਦੀ ਲੱਗਦੀ ਹੈ, ਔਰ ਬਹੁਤ ਸਾਰਾ ਅਮੈਰੀਕਨ ਬੋਰਨ, ਰਾਈਟ? ਨੋ, ਇੰਡੀਆ 'ਚ ਬੋਰਨ ਸੀ? ਹਾਊ ਓਲਡ ਆਰ ਯੂ ਵੈਨ ਯੂ ਐਂਟਰ ਦਿਸ ਕੰਟਰੀ? ਫਾਈਵ. ਐਂਡ ਵਟ ਅਬਾਊਟ ਯੂ? ਫਾਈਵ ਮੰਥਸ. ਸੋ ਤੁਹਾਨੂੰ ਹਿੰਦੀ ਔਰ ਪੰਜਾਬੀ, ਹਿੰਦੀ ਸਪੈਸ਼ਲੀ ਕਿਉਂਕਿ ਆਪਾਂ ਲੋਕ ਪੰਜਾਬੀ ਸਪੀਕਰ ਹਾਂ, ਹਿੰਦੀ ਕਿਸ ਤਰ੍ਹਾਂ ਸਿਖਾਈ ਔਰ ਕਿਹਨੇ ਸਿਖਾਈ? ਹਿੰਦੀ ਤਾਂ ਸ਼ੁਰੂ ਤੋਂ ਉੱਤੇ ਮੈਨੂੰ ਥੋੜ੍ਹੀ ਥੋੜ੍ਹੀ ਪਤਾ ਸੀਗੀ, ਮਗਰ ਲਿਰਿਕਸ ਜਿਹੜੇ ਪਿਕਅਪ ਕਰਨਾ ਬੜੇ ਹਾਰਡ ਨੇ, ਇਵਨ ਕਿ ਸਾਡੇ ਵਰਗੇ ਨੂੰ ਹਾਲੇ ਵੀ ਗਾਣੇ ਅਗਰ ਅਸੀਂ ਬਾਏ ਹਾਰਟ ਨਹੀਂ ਸਾਨੂੰ ਯਾਦ ਹੁੰਦੇ. ਸੋ ਜਿਵੇਂ ਮੋਹੇ ਰੰਗ ਦੇ ਲਾਲ, ਉਹਦੇ ਵਿੱਚ ਬੜੇ ਸਾਰੇ ਉਰਦੂ ਵਰਡਸ ਨੇ, ਅਤੇ ਉਹ ਕਿਸ ਤਰ੍ਹਾਂ ਫਿਰ ਤੁਹਾਨੂੰ ਕੌਣ ਕਿਸ ਤਰ੍ਹਾਂ ਮੈਮੋਰਾਈਜ਼ ਰੱਖਦੇ ਉਹਨਾਂ ਨੂੰ? ਸੋ ਐਗਜੈਕਟਲੀ ਮਤਲਬ ਪਤਾ ਹੁੰਦਾ ਕਿ ਉਹਦਾ ਕੀ ਮਤਲਬ ਹੈ ਗਾਣੇ ਦਾ? ਮੋਸਟ ਆਫ ਦਾ ਟਾਈਮ ਮੀਨਿੰਗ ਸਮਝਾਉਂਦੇ, ਫਿਰ ਆਪਾਂ ਗਾਣੇ ਦੇ ਥੋੜ੍ਹੇ ਜਿਹੇ ਆਪਾਂ ਰਿਵਾਈਜ਼ ਕਰਦੇ ਹਾਂ, ਅਤੇ ਫਿਰ ਜਦੋਂ ਕੋਈ ਜਦੋਂ ਮੇਰੇ ਪਿਤਾ ਜੀ ਹੁੰਦੇ ਸੀ ਇੱਥੇ, ਹੁਣ ਉਹ ਉਰਦੂ, ਪਿਤਾ ਜੀ ਮਤਲਬ ਦਾਦਾ ਜੀ, ਓਕੇ, ਉਰਦੂ ਜਾਂਦੇ ਸੀ ਨਾ, ਆਪਾਂ ਉਹਨਾਂ ਨੂੰ ਜਾ ਕੇ ਪੁੱਛ ਲੈਂਦੇ ਸੀ ਕਿ ਇਹਦਾ ਮੀਨਿੰਗ ਕੀ ਹੁੰਦਾ, ਫਿਰ ਉਹ ਚੜ੍ਹ ਦਿੰਦਾ ਸੀ. ਦੇਖੋ ਜੀ, 5 ਸਾਲ ਦੇ ਬੱਚੇ ਨੂੰ ਬੜੀ ਮੁਸ਼ਕਲੀ ਹਾਰਡਲੀ ਕੁਛ ਬੋਲਣਾ ਆਉਂਦਾ ਹੈ, ਕੁਛ ਕੁਛ ਗੱਲਾਂ ਕਰਦੇ ਨੇ ਬੱਚੇ, ਲੇਕਿਨ ਆ ਕੇ ਡਿਫਰੈਂਟ ਕੰਟਰੀ 'ਚ ਫਿਰ ਇੱਕ ਡਿਫਰੈਂਟ ਲੈਂਗੁਏਜ ਸਿੱਖਣੀ, ਇੱਕ ਐਕਸੈਂਟ ਸਿੱਖਣਾ, ਇੰਗਲਿਸ਼ ਸਿੱਖਣੀ, ਉਸ ਤੋਂ ਬਾਅਦ ਫਿਰ ਆਪਣੀ ਮਿੱਟੀ ਨਾਲ ਜੁੜ ਕੇ ਰਹਿਣਾ, ਆਪਣੇ ਮਿਊਜ਼ਿਕ ਨਾਲ ਜੁੜ ਕੇ ਰਹਿਣਾ ਬੜਾ ਮੁਸ਼ਕਲ ਹੈ, ਔਰ ਉਹਦੇ 'ਚ ਮਾਂ ਬਾਪ ਦੀ ਦੇਖੋ ਕਿੰਨੀ ਮਿਹਨਤ ਲੱਗਦੀ, ਕਿਉਂਕਿ ਇੱਕ ਵੱਖਰੀ ਲੈਂਗੁਏਜ ਸਿੱਖਣ ਨੂੰ ਬੜਾ ਟਾਈਮ ਲੱਗਦਾ ਹੈ, ਔਰ ਬੱਚੇ ਤੁਹਾਡੇ ਸਾਹਮਣੇ ਲੈਂਗੁਏਜ ਤਾਂ ਪਿਕਅਪ ਕਰ ਹੀ ਰਹੇ ਨੇ, ਲੇਕਿਨ ਸੁਰ ਵੀ ਪਿਕਅਪ ਕਰ ਰਹੇ ਨੇ, ਔਰ ਉਹਦੇ ਨਾਲ ਨਾਲ ਜਿਵੇਂ ਕਿ ਇਹ ਲੈਕਾਰੀ ਵੀ ਜਿਹੜੀ ਸੀ ਕਹਿੰਦੇ ਨਾ ਕਿ ਮਿਊਜ਼ਿਕ ਵੀ ਵਜਾਉਂਦੇ ਨੇ ਕਿ ਲੈ ਵੀ ਨਾਲ ਪਿਕਅਪ ਕਰ ਰਹੇ ਨੇ. ਸੋ ਬੜੀ ਅਮੇਜ਼ਿੰਗ ਗੱਲ ਹੈ, ਔਰ ਹੋਪਫੁਲੀ ਅਸੀਂ ਵਰਜੀਨੀਆ 'ਚ ਇਹਨਾਂ ਨੂੰ ਬਹੁਤ ਜਲਦ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ, ਕੋਈ ਟੈਲੈਂਟ ਹੰਟ ਦੇ ਥਰੂ ਜਾਂ ਕੋਈ ਇਹਨਾਂ ਵਾਸਤੇ, ਤਾਂ ਡੈਫੀਨੇਟਲੀ ਆਮ ਵਰਕਿੰਗ ਔਨ ਸਮਥਿੰਗ, ਤੁਹਾਡੇ ਨਾਲ ਇਹਨਾਂ ਨੂੰ ਲਾਈਵ ਰੂਬਰੂ ਕਰਾਂਗੇ, ਔਰ ਉਮੀਦ ਕਰਦੀ ਹਾਂ ਕਿ ਪੂਰੀ ਫੈਮਿਲੀ ਇੱਥੇ ਆਵੇ ਔਰ ਸਾਨੂੰ ਨਿਹਾਲ ਕਰੇ ਆਪਣੇ ਕੀਰਤਨ ਨਾਲ ਵੀ ਔਰ ਆਪਣੇ ਮਧੁਰ ਆਵਾਜ਼ ਨਾਲ ਵੀ. ਹੁਣ ਜਾਂਦੇ ਜਾਂਦੇ ਅਸੀਂ ਅਲਵਿਦਾ ਲਈਏ ਸਾਡੀ ਆਡੀਅੰਸ ਨਾਲ. ਅਸੀਂ ਕੀ ਕਹਿਣਾ? ਕੀਪ ਵਾਚਿੰਗ ਮਾਈ ਟੀਵੀ. ਦੇਖੋ ਜੀ, ਇਹਨਾਂ ਦੀ ਆਵਾਜ਼ ਇੱਦਾਂ ਤਾਂ ਨਿਕਲਦੀ ਨਹੀਂ, ਲੇਕਿਨ ਜਿਵੇਂ ਇਹਨਾਂ ਨੂੰ ਗਾਉਣ ਨੂੰ ਕਹੋ ਤਾਂ ਇਹਨਾਂ ਦੀ ਆਵਾਜ਼ ਉਹ 7ਵੇਂ ਸੁਰ ਤੱਕ ਹੁੰਦੀ ਹੈ. ਪਰ ਇਹੀ ਆਈ ਥਿੰਕ ਮਿਊਜ਼ਿਕ ਦੀ ਇਹੀ ਖਾਸੀਅਤ ਹੈ ਕਿ ਮਿਊਜ਼ਿਕ ਇੱਕ ਚੀਜ਼ ਹੀ ਐਸੀ ਹੈ ਕਿ ਜਿੱਥੇ ਤੁਸੀਂ ਲੈ ਕਰੀ ਔਰ ਰੂਹਦਾਰੀ ਤੁਹਾਡੇ 'ਚ ਹੈਗੀ ਹੈ ਅਤੇ ਤੁਸੀਂ ਉਸ ਤੋਂ ਬਿਨਾਂ ਰਹਿ ਨਹੀਂ ਸਕਦੇ. ਸੋ ਮੋਨੀ ਗਿੱਲ ਵੱਲੋਂ ਇੰਨੀ ਕੁ ਇਲਤਜ਼ਾ ਦੇ ਨਾਲ ਸਤਿ ਸ਼੍ਰੀ ਅਕਾਲ, ਅਲਵਿਦਾ ਲਈਏ. ਸਤਿ ਸ਼੍ਰੀ ਅਕਾਲ ਜੀ. MyTV Radio. Experience the best of the best.